ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਖੀ, ਸਾਖੀ ਨੰਬਰ 4, ਭਾਈ ਕਲਿਆਣਾ ਜੀ। ਗੁਰੂ ਨਾਨਕ ਸਾਹਿਬ ਨੇ ਜਿਸ ਨਿਰਮਲ ਪੰਥ ਲਈ ਸਾਜਨਾ ਕੀਤੀ ਸੀ, ਉਸ ਲਈ ਜ਼ਰੂਰੀ ਸੀ ਕਿ ਉਸਦਾ ਕੋਈ ਕੇਂਦਰੀ ਸਥਾਨ ਵੀ ਸਥਾਪਿਤ ਕੀਤਾ ਜਾਵੇ। ਇਸ ਲਈ ਗੁਰੂ ਨਾਨਕ ਸਾਹਿਬ ਨੇ ਆਪਣੇ ਚੌਥੇ ਜਾਮੇ ਵਿੱਚ ਕੇਂਦਰੀ ਸਥਾਨ ਦੀ ਨੀਂਹ ਰੱਖੀ ਅਤੇ ਪੰਜਵੇਂ ਜਾਮੇ ਵਿੱਚ ਇਹ ਕੇਂਦਰੀ ਸਥਾਨ ਤਿਆਰ ਹੋ ਗਿਆ, ਜਿਸ ਦਾ ਨਾਂ ਗੁਰੂ ਕਾ ਚੱਕ ਅਤੇ ਫਿਰ ਚੱਕ ਰਾਮਦਾਸ ਜਾਂ ਰਾਮਦਾਸਪੁਰ ਹੋਇਆ। ਰਾਮਦਾਸ ਸੀ ਦੀ ਉਸਾਰੀ ਲਈ ਜ਼ਰੂਰੀ ਸੀ ਕਿ ਮਾਇਆ ਅਤੇ ਹੋਰ ਸਮਾਨ ਆਦਿ ਭਾਰੀ ਮਿਕਦਾਰ ਵਿੱਚ ਇਕੱਠਾ ਕੀਤਾ ਜਾਵੇ। ਇਸ ਲਈ ਬਾਹਰ ਦੂਰ ਦੇਸ਼ਾਂ ਤੱਕ ਹੁਕਮਨਾਮੇ ਭੇਜੇ ਗਏ। ਮਸਾਂਦਾਂ ਨੂੰ ਵੀ ਤਾਕੀਦੀ ਪੱਤਰ ਭੇਜੇ ਗਏ। ਭਾਈ ਭਗਤੂ, ਸਾਲੇ, ਗੁਰੀਆ, ਲੰਗਾਹਾ, ਪ੍ਰੇਮਾ, ਜੇਠਾ, ਪੈੜਾ, ਭੱਲਣ, ਬੁੱਲਾ, ਬਹਿਲੋ, ਪੱਟੜ ਆਦਿ ਗੁਰੂ ਦੇ ਸਿੱਖ ਚੌਹਾਂ ਪਾਸਿਓਂ ਫਿਰ ਫਿਰ ਕੇ ਸਮਾਨ ਇਕੱਠਾ ਕਰ ਰਹੇ ਸਨ। ਬਾਬਾ ਬੁੱਢਾ ਜੀ ਸਾਰੀ ਸੇਵਾ ਦੀ ਨਿਗਰਾਨੀ 'ਤੇ ਲੱਗੇ ਹੋਏ ਸੀ। ਜਿੱਥੇ ਬੈਠ ਕੇ ਉਹਨਾਂ ਸੇਵਾ ਕਰਾਈ, ਉੱਥੇ ਬਾਬੇ ਬੁੱਢੇ ਦੀ ਅੱਜ ਬੇਰੀ ਵੀ ਹੈ। ਭਾਈ ਗੁਰਦਾਸ ਜੀ ਲਿਖਾ ਪੜ੍ਹੀ ਦਾ ਸਾਰਾ ਕੰਮ ਸੰਭਾਲਦੇ ਰਹੇ। ਮੁਖੀ ਸਿੱਖਾਂ ਵਿੱਚੋਂ ਭਾਈ ਕਲਿਆਣਾ ਗੁਰੂ ਕਾ ਸਿੰਘ ਸੇਵਾ ਵਿੱਚ ਜੁਟਿਆ ਹੋਇਆ ਸੀ। ਇਹਨਾਂ ਹੀ ਦਿਨਾਂ ਵਿੱਚ ਕਰੀਬ 1647 ਬਿਕਰਮੀ ਸੰਮਤ ਭਾਈ ਕਲਿਆਣਾ ਜੀ ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਰਿਆਸਤ ਮੰਡੀ ਹਿਮਾਚਲ ਪ੍ਰਦੇਸ਼ ਵਿੱਚ ਪੈਂਦਾ ਜੋ ਕੁਝ ਇਮਾਰਤੀ ਲੱਕੜੀ ਲੈਣ ਗਏ। ਉਸ ਵੇਲੇ ਮੰਡੀ ਦਾ ਰਾਜਾ ਜਗੀਰਦਾਰ ਰਾਜਾ ਸੀ, ਉਦੋਂ ਜਿਹੜਾ ਜਗੀਰਦਾਰ ਕਿਹਾ ਜਾਂਦਾ, ਹਰੀ ਸੈਨ ਸੀ, ਜੋ ਬ੍ਰਾਹਮਣਾਂ ਦੇ ਝੂਲੇ ਹੇਠ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਉਹ ਸਾਰੇ ਕਾਰ ਵਿਵਹਾਰ ਬ੍ਰਾਹਮਣੀ ਮਰਿਆਦਾ ਅਨੁਸਾਰ ਹੀ ਕਰਦਾ ਦਾ ਵਰਤ ਆਦਿ ਸਰਕਾਰੀ ਹੁਕਮ ਨਾਲ ਹਿੰਦੂਆਂ ਕੋਲੋਂ ਰਖਵਾਇਆ ਕਰਦਾ ਸੀ। ਭਾਈ ਕਲਿਆਣਾ ਜੀ ਦਾ ਖੇੜੇ ਭਰਿਆ ਅਤੇ ਗੁਰਮਤ ਅਨੁਸਾਰ ਜੀਵਨ ਵੇਖ ਕੇ ਉਹਨਾਂ ਦਾ ਹਰ ਸਮੇਂ ਚੜ੍ਹਦੀ ਕਲਾ ਵਿੱਚ ਵਿਚਰਦੇ ਰਹਿਣਾ, ਉੱਥੋਂ ਦੇ ਲੋਕ ਬਹੁਤ ਪ੍ਰਭਾਵਿਤ ਹੁੰਦੇ ਸਨ। ਉਹ ਪਹਿਲਾਂ ਵੀ ਕਈ ਵਾਰ ਉੱਧਰ ਪ੍ਰਚਾਰ ਦੌਰਿਆਂ 'ਤੇ ਜਾਂਦੇ ਰਹੇ, ਕੀਰਤਨ ਵੀ ਕਰਦੇ ਰਹੇ ਸਨ। ਇਸ ਵਾਰੀ ਵੀ ਸੰਗਤਾਂ ਦੂਰੋਂ ਦੂਰੋਂ ਕੀਰਤਨ ਸਵਰਨ ਕਰਨ ਲਈ ਉਹਨਾਂ ਦੇ ਡੇਰੇ ਆਉਣ ਲੱਗ ਪਈਆਂ। ਹਰ ਥਾਂ ਭਾਈ ਸਾਹਿਬ ਦੀ ਚਰਚਾ ਹੋਣ ਲੱਗ ਪਈ ਅਤੇ ਬਹੁਤ ਸਾਰੇ ਅਨਮਤੀਏ ਲੋਕ ਵੀ ਉਹਨਾਂ ਦਾ ਮਾਣ ਸਤਿਕਾਰ ਕਰਨ ਲੱਗ ਪਏ। ਦੇਵਨੇਤ ਨਾਮ ਨਾਲ ਜਨਮ ਅਸ਼ਟਮੀ ਆ ਗਈ। ਹੋਰਨਾਂ ਦਿਨ ਦਿਹਾੜਿਆਂ ਦੀ ਤਰ੍ਹਾਂ ਜਨਮ ਅਸ਼ਟਮੀ ਦੇ ਦਿਨ ਵੀ ਹਰ ਹਿੰਦੂ ਨੂੰ ਸਰਕਾਰੀ ਹੁਕਮ ਅਨੁਸਾਰ ਵਰਤ ਰੱਖਣਾ ਪੈਂਦਾ ਸੀ ਅਤੇ ਗੁਰਸਿੱਖਾਂ ਨੂੰ ਵੀ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਵੀ ਬ੍ਰਾਹਮਣ ਦੀ ਅਗਵਾਹੀ ਹੇਠ ਹੀ ਕਰਮ ਕਾਂਡ ਕਰਨ। ਪਰ ਜੇ ਹਿੰਦੂ ਮੁਸਲਮਾਨ ਸਿੱਖ ਮਤ ਧਾਰਨ ਕਰ ਚੁੱਕੇ ਸਨ, ਉਹ ਐਸੇ ਵਰਤਾਂ ਜਾਂ ਦਿਨ ਦਿਹਾੜਿਆਂ ਵਿੱਚ ਵਿਸ਼ਵਾਸ ਨਹੀਂ ਸਨ ਕਰਦੇ। ਇਸ ਮੌਕੇ 'ਤੇ ਵੀ ਸਰਕਾਰੀ ਤੌਰ 'ਤੇ ਡੰਡੋਰਾ ਪਟਵਾਇਆ ਗਿਆ ਕਿ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ 'ਤੇ ਰਾਤ ਨੂੰ ਸਾਰੇ ਹਿੰਦੂ ਵਰਤ ਰੱਖਣ ਅਤੇ ਸਵੇਰੇ ਠਾਕੁਰ ਦੇ ਦਰਸ਼ਨ ਕਰਨ। ਸਾਲਗ੍ਰਾਮ ਦਾ
ਪੂਜਨ ਕਰਨਾ ਤੇ ਚਰਨ ਅਮਿਤ ਲੈ ਕੇ ਵਰਤ ਖੋਲਣਾ। ਜੋ ਇਸ ਤਰ੍ਹਾਂ ਨਹੀਂ ਕਰੇਗਾ ਉਸਨੂੰ ਸਜ਼ਾ ਹੋਵੇਗੀ। ਭਾਈ ਕਲਿਆਣਾ ਜੀ ਨੂੰ ਗੁਰੂ ਘਰ ਵਿੱਚੋਂ ਚੰਗੇ ਬੁਰੇ ਦਿਹਾੜੇ 'ਤੇ ਵਿਸ਼ਵਾਸ ਨਾ ਰੱਖਣ ਦੀ ਗੁੜਤੀ ਮਿਲੀ ਹੋਈ ਸੀ। ਉਹਨਾਂ ਨੂੰ ਤਾਂ ਸਮਝਾਇਆ ਗਿਆ ਸੀ ਕਿ ਬੇਦਸ ਮਹਾ ਰੁੱਤ ਤਿਥੀ ਵਾਰ ਭਲੇ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ, ਕਿ ਜਿਸ ਜੀਵ ਇਸਤਰੀ ਦੇ ਅਡੋਲ ਹੋਏ ਹਿਰਦੇ ਵਿੱਚ ਸਦਾ ਥੇ ਰਹਿਣ ਵਾਲਾ ਪ੍ਰੀਤਮ ਅਟਕਦਾ ਹੈ ਉਸਨੂੰ ਬਾਰਾਂ ਹੀ ਮਹੀਨੇ ਸਾਰੀਆਂ ਹੀ ਰੁੱਤਾਂ ਤਿੱਥਾਂ ਸਾਰੇ ਦਿਨ ਸਾਰੀਆਂ ਘੜੀਆਂ ਸਾਰੇ ਮੂਰਤਾਂ ਤੇ ਪਲ ਸੁਲੱਖਣੇ ਜਾਪਦੇ ਹਨ। ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰਿਆ ਪਾਰ ਬ੍ਰਹਮਾ ਫਿੱਟ ਪਲੇਰੀ ਰੁੱਤ। ਸਤਿਗੁਰ ਬਾਜ ਅੰਧ ਗੁਬਾਰ, ਤਿਥੀ ਵਾਰ ਸੇਵੀਏ ਮੁਗਦ ਗਵਾਰ। ਵਰਤਾਂ ਆਦਿਕ ਫਿਲਾਸਫੀ ਨੂੰ ਉਹ ਟਿੱਚ ਸਮਝਦੇ ਸਨ। ਉਹਦਾ ਕਹਿੰਦੇ ਸਨ ਕਿ ਅੰਨ ਨਾ ਖਾਵੇ ਦੇਹ ਦੁੱਖ ਦੀਜੇ, ਬਿਨ ਗੁਰ ਗਿਆਨ ਤ੍ਰਿਪਤ ਨਾ ਥੀਵੇ। ਛੋੜੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਰੰਡ। ਜਗ ਮਹਿ ਬਖਤੇ ਦੂਦਾ ਧਾਰੀ, ਗੁਪਤੀ ਖਾਵੇ ਵਟਿਕਾ ਸਾਰੀ। ਅੰਨੇ ਬਿਨਾ ਨਾ ਹੋਏ ਸੁਖਾਲਾ, ਤਾਜੀਏ ਅੰਨ ਨਾ ਮਿਲੇ ਗੋਪਾਲਾ। ਇਸ ਲਈ ਉਹਨਾਂ ਦਾ ਇਹ ਲਫ਼ਜ਼ ਬਣਦਾ ਸੀ ਕਿ ਉਹ ਕੋਟ ਕਰਮ ਕਾਂਡਾਂ ਦਾ ਖੁੱਲ੍ਹੇ ਤੌਰ 'ਤੇ ਖੰਡਨ ਕਰਨ। ਵੈਸੇ ਵੀ ਹਰ ਗੁਰਸਿੱਖ, ਖਾਸ ਪ੍ਰਚਾਰਕ ਗੁਰਸਿੱਖ ਜਾਣ ਬੁੱਝ ਕੇ ਕੋਈ ਨਾ ਕੋਈ ਐਸਾ ਮੌਕਾ ਭਾਲਣ ਵਿੱਚ ਹੀ ਖੁਸ਼ੀ ਮਹਿਸੂਸ ਕਰਦਾ ਸੀ, ਤਾਂ ਜੋ ਬਹੁਤ ਸਾਰੇ ਲੋਕ ਇਕੱਠੇ ਹੋ ਸਕਣ ਅਤੇ ਸਾਰੇ ਨੂੰ ਥੋੜ੍ਹੇ ਸਮੇਂ ਵਿੱਚ ਹੀ ਗੁਰਮਤਿ ਗਾੜੀ ਰਾਹ ਦੀ ਮਹਾਨਤਾ ਸਮਝਾਈ ਜਾ ਸਕੇ। ਭਾਈ ਕਲਿਆਣਾ ਜੀ ਨੇ ਆਪਣੇ ਨੇਮ ਅਨੁਸਾਰ ਉਸ ਦਿਨ ਵੀ ਲੰਗਰ ਤਿਆਰ ਕਰਵਾਇਆ ਅਤੇ ਸਾਰੇ ਗੁਰੂ ਦੇ ਸਿੱਖਾਂ ਨੇ ਰਲ ਕੇ ਛਕਿਆ ਅਤੇ ਹਰ ਆਉਂਦੇ ਜਾਂਦੇ ਹਿੰਦੂ ਨੂੰ ਸਮਝਾਉਂਦੇ ਕਿ ਇਹਨਾਂ ਵਰਤਾਂ ਨਾਲ ਧਰਮ ਦਾ ਕੋਈ ਸੰਬੰਧ ਨਹੀਂ, ਬਲਕਿ ਫੋਟੋ ਕਰਮ ਹਨ। ਬ੍ਰਹਮਾ ਨੇ ਉਹ ਮਤ ਨੂੰ ਤਿਆਗ ਕੇ ਸੱਚੇ ਗੁਰੂ ਦੀ ਮਤ ਗ੍ਰਹਿਣ ਕਰਨਾ ਹੀ ਠੀਕ ਕੰਮ ਹੈ। ਬ੍ਰਾਹਮਣ ਅਤੇ ਹੋਰ ਚੁਗਲਖੋਰਾਂ ਨੇ ਚਿੜ ਕੇ ਉੱਥੋਂ ਦੇ ਰਾਜੇ ਅੱਗੇ ਸਾਰੀ ਗੱਲ ਜਾ ਦੱਸੀ। ਰਾਜਾ ਬਹੁਤ ਕ੍ਰੋਧਿਤ ਹੋਇਆ ਅਤੇ ਉਸਨੇ ਭਾਈ ਸਾਹਿਬ ਨੂੰ ਬੁਲਾ ਲਿਆ ਅਤੇ ਵਰਤ ਨਾ ਰੱਖਣਾ, ਸਾਲਗ੍ਰਾਮ ਦੀ ਪੂਜਾ ਨਾ ਕਰਨਾ ਅਤੇ ਇਹਨਾਂ ਦਾ ਖੰਡਨ ਕਰਨ ਦੇ ਕਾਰਨ ਪੁੱਛੇ। ਭਾਈ ਕਲਿਆਣਾ ਦਾ ਪਹਿਲਾਂ ਹੀ ਇਹ ਮੌਕਾ ਲੱਭ ਰਿਹਾ ਸੀ ਕਿ ਕਿਤੇ ਰਾਜੇ ਅਤੇ ਹੋਰ ਬ੍ਰਾਹਮਣ ਆਦਿ ਨਾਲ ਵਿਚਾਰ ਹੋਵੇ ਜਾਂ ਉਹਨਾਂ ਨੂੰ ਗੁਰੂ ਦੀ ਮਤ ਸਮਝਾਈ ਜਾ ਸਕੇ। ਭਾਈ ਕਲਿਆਣੇ ਨੇ ਉੱਤਰ ਦਿੱਤਾ, ਜਿਸ ਨਿਰਜਿੰਦ ਸ਼ੀਲਾ ਨੂੰ ਤੁਸੀਂ ਠਾਕਰ ਮੰਨਦੇ ਹੋ ਮੈਂ ਉਸਦਾ ਪੂਜਨ ਨਹੀਂ ਕਰਦਾ। ਜੋ ਠਾਕਰ ਸਦਾ ਹਜ਼ਾਰਾਂ ਹਜ਼ੂਰ ਹੈ, ਜੋ ਪਰਿਪੂਰਨ ਹੈ, ਜੋ ਸਰਵ ਚੇਤਨਾ ਦਾ ਮੂਲ ਹੈ, ਜੋ ਸਭ ਨੂੰ ਪ੍ਰਕਾਸ਼ਦਾ ਹੈ, ਮੈਂ ਉਸ ਠਾਕਰ ਦੀ ਪੂਜਾ ਕਰਦਾ ਹਾਂ। ਮੇਰਾ ਠਾਕੁਰ ਪੱਥਰ, ਬ੍ਰਿਸ਼, ਜੀਵ ਅਤੇ ਅਜੀਵ ਸਭ ਦਾ ਪ੍ਰਕਾਸ਼ ਹੈ। ਉਹ ਆਪ ਨਿਰਜਿੰਦ ਪੱਥਰ ਮਾਤ ਨਹੀਂ ਹੈ। ਭਾਈ ਕਲਿਆਣੇ ਨੇ ਦੱਸਿਆ ਕਿ ਮੇਰੇ ਸਤਿਗੁਰ ਗੁਰੂ ਅਰਜਨ ਸਾਹਿਬ ਹਨ ਜੋ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹਨ।
ਉਹਨਾਂ ਦੇ ਬਚਨ ਹਨ, ਸਗਲੀ ਤਿਥ ਪਾਸ ਡਰ ਰਾਖੀ, ਅਸ਼ਟਮ ਤਿਥ ਗੋਬਿੰਦ ਜਨਮਾਸੀ, ਭਰਮ ਭੂਲੇ ਨਰਕਰਤ ਕਚਰੈਣ, ਜਨਮ ਮਰਨ ਤੇ ਰਹਤ ਨਰਾਇਣ ਰਹਾਉ, ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਖਤ ਢੇਰ, ਸਗਲ ਅਪਰਾਧ ਦੇਹ ਲਰੋਨੀ, ਸੋ ਸੁਖ ਜਲਿਓ ਚਿਤ ਕਰੇ ਠਾਕਰ ਜੋਨੀ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਕਾ ਪ੍ਰਭ ਰਹੇ ਸਮਾਏ। ਭਾਵ ਹਿੰਦੂ ਲੋਕ ਨਾ ਵਿਸ਼ਵਾਸ ਹੈ ਕਿ ਵਾਹਿਗੁਰੂ ਜਨਮ ਅਸ਼ਟਮੀ ਦੇ ਦਿਨ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਆਇਆ। ਇਸ ਖੁਸ਼ੀ ਵਿੱਚ ਮੰਦਰਾਂ ਵਿੱਚ ਮੇਲੇ ਲੱਗਦੇ ਹਨ, ਕ੍ਰਿਸ਼ਨ ਜੀ ਦੀਆਂ ਝਾਕੀਆਂ ਆਦਿ ਵਿਖਾਈਆਂ ਜਾਂਦੀਆਂ ਹਨ। ਰਾਤ ਨੂੰ ਕ੍ਰਿਸ਼ਨ ਜਨਮ ਸਮੇਂ ਕ੍ਰਿਸ਼ਨ ਮੂਰਤੀ ਨੂੰ ਪੰਘੂੜੇ ਵਿੱਚ ਲਟਾ ਕੇ ਲੋਰੀ ਦਿੱਤੀ ਜਾਂਦੀ ਹੈ। ਉਹ ਅਕਾਲ ਪੁਰਖ ਜੋ ਇਸ ਸ੍ਰਿਸ਼ਟੀ ਅਤੇ ਹੋਰ ਅਨੇਕਾਂ ਹੀ ਬ੍ਰਹਿਮੰਡਾਂ ਦੀ ਸੰਭਾਲ ਕਰ ਰਿਹਾ ਹੈ। ਅਗਿਆਨੀ ਲੋਕ ਉਸਨੂੰ ਅਨੰਤ ਅਸੀਮ ਅਗਾਹ ਅਗਮ ਅਤੇ ਸਰਵ ਵਿਆਪਕ ਵਾਹਿਗੁਰੂ ਨੂੰ ਕ੍ਰਿਸ਼ਨ ਰੂਪ ਵਿੱਚ ਕਲਪਿਤ ਕਰਕੇ ਲੋਰੀਆਂ ਦੇਣ ਦੀ ਗਲਤ ਹਰਕਤ ਕਰਦੇ ਹਨ। ਭਾਈ ਕਲਿਆਣਾ ਜੀ ਨੇ ਵੀ ਇਸ ਸ਼ਬਦ ਦੀ ਵਿਆਖਿਆ ਕਰਕੇ ਦੱਸਿਆ ਕਿ ਤੁਹਾਡੀ ਇਹ ਕੱਚੀ ਗੱਲ ਹੈ ਕਿ ਪਰਮਾਤਮਾ ਨੇ ਕ੍ਰਿਸ਼ਨ ਰੂਪ ਵਿੱਚ ਹੋਰ ਸਭ ਤਿੱਥਾਂ ਲਾਂਭੇ ਰਹਿਣ ਦਿੱਤੀਆਂ ਅਤੇ ਭਾਦਰੋਂ ਵਧੀ ਅਸ਼ਟਮੀ ਤਿੱਥ ਨੂੰ ਉਸਨੂੰ ਜਨਮ ਲਿਆ। ਭਰਮ ਵਿੱਚ ਪੈ ਹੋਏ ਮਨੁੱਖੋ, ਤੁਸੀਂ ਇਹ ਕੱਚੀਆਂ ਗੱਲਾਂ ਕਰ ਰਹੇ ਹੋ ਕਿ ਪਰਮਾਤਮਾ ਨੇ ਭਾਦਰੋਂ ਵਧੀ ਅਸ਼ਟਮੀ ਨੂੰ ਜਨਮ ਲਿਆ। ਪਰਮਾਤਮਾ ਜਨਮ ਮਰਨ ਤੋਂ ਪਰੇ ਹੈ। ਰਹਾਓ, ਤੁਸੀਂ ਪੰਜੀਰੀ ਬਣਾਉਂਦੇ ਹੋ ਅਤੇ ਉਸਨੂੰ ਲੁਕਾ ਕੇ ਆਪਣੇ ਵੱਲੋਂ ਪਰਮਾਤਮਾ ਨੂੰ ਕ੍ਰਿਸ਼ਨ ਮੂਰਤੀ ਦੇ ਰੂਪ ਵਿੱਚ ਖਵਾਉਂਦੇ ਹੋ। ਹੈ ਰੱਬ ਦੇ ਟੁੱਟੇ ਹੋਏ ਮੂਰਖੋ, ਪਰਮਾਤਮਾ ਨਾ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ। ਤੁਸੀਂ ਕ੍ਰਿਸ਼ਨ ਮੂਰਤੀ ਲੋਰੀ ਦਿੰਦੇ ਹੋ, ਇਹ ਕੰਮ ਸਭ ਅਪਰਾਧਾਂ ਦਾ ਮੂਲ ਹੈ। ਸੜ ਜਾਏ ਉਹ ਮੂੰਹ ਜੋ ਇਹ ਆਖੇ ਕਿ ਮਾਲਕ ਪ੍ਰਭੂ ਜੂਨਾਂ ਵਿੱਚ ਆਉਂਦਾ ਹੈ। ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾ ਆਉਂਦਾ ਹੈ ਨਾ ਜਾਂਦਾ ਹੈ। ਇਹ ਸ਼ਬਦ ਸੁਣ ਕੇ ਰਾਜਾ ਬੋਲਿਆ, ਗਿਆਨ ਦੇ ਰਾਹ 'ਤੇ ਤੁਸੀਂ ਸੱਚੇ ਹੋ, ਪਰ ਮੇਰਾ ਹੁਕਮ ਨਾ ਮੰਨਣ ਕਰਕੇ ਗੁਨਾਹੀ ਹੋਏ ਹੋ। ਭਾਈ ਸਾਹਿਬ ਨੇ ਉੱਤਰ ਦਿੱਤਾ, ਜੀਕੂ ਤੇਰੇ ਹੁਕਮ ਨੂੰ ਨਾ ਮੰਨਣ ਵਾਲਾ ਗੁਨਾਹੀ ਠਹਿਰਦਾ ਹੈ, ਤੇਸੇ ਹੀ ਅਕਾਲ ਪੁਰਖ ਦੇ ਹੁਕਮ ਅੱਗੇ ਤੇਰਾ ਹੁਕਮ ਹੈ। ਭਾਵ ਜੇ ਤੇਰਾ ਹੁਕਮ ਗਲਤ ਹੈ ਤਾਂ ਤੂੰ ਵੀ ਗੁਨਾਹੀ ਠਹਿਰਾਇਆ ਜਾਵੇਗਾ। ਉਹ ਰੱਬ ਤਾਂ ਸਭ ਨੂੰ ਰੋਜੀ ਦਿੰਦਾ ਹੈ ਅਤੇ ਤੁਸੀਂ ਰੋਟੀ ਬੰਦ ਕਰਵਾ ਕੇ ਵਰਤ ਖਵਾਉਂਦੇ ਹੋ। ਦੱਸੋ, ਹੁਕਮ ਅਦੂਲੀ ਤੁਸੀਂ ਕੀਤੀ ਜਾਂ ਅਸੀਂ? ਫਿਰ ਤੁਸੀਂ ਨਾ ਦੁੱਧ ਪੇੜੇ ਆਦਿ ਛਕ ਲੈ, ਪਰ ਗਰੀਬ ਲੋਕਾਂ ਦਾ ਕੀ ਬਣੇਗਾ? ਉਹਨਾਂ ਨੂੰ ਭੁੱਖੇ ਪਾਣੇ ਹੀ ਪਾਪ ਨਹੀਂ ਹੈ? ਰਾਜਾ ਇਸ ਗੁਰਮਤ ਵਿਚਾਰ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਦੇ ਦਿਲ ਵਿੱਚ ਚਾਹ ਉੱਠੀ ਕਿ ਮੈਂ ਵੀ ਸਤਿਗੁਰ ਦੇ ਦਰਸ਼ਨ ਕਰਾਂ, ਜਿਸ ਦਾ ਦਿੱਤਾ ਗੁਰਮਤਿ ਮਾਰਗ ਇਤਨਾ ਮਹਾਨ ਹੈ। ਬ੍ਰਾਹਮਣ ਮਤ ਉਸਨੂੰ ਸਪਸ਼ਟ ਤੌਰ 'ਤੇ ਫੁਟਕ ਨਜ਼ਰ ਆਇਆ। ਵਾਪਸੀ ਦੇ ਭਾਈ ਕਲਿਆਣਾ ਜੀ ਦੇ ਨਾਲ ਰਾਜਾ ਹਰੀ ਸੈਨ ਚੱਕ ਸ਼੍ਰੀ ਰਾਮਦਾਸਪੁਰ ਆਇਆ
ਅਤੇ ਸਿੱਖੀ ਦਾਤ ਪ੍ਰਾਪਤ ਕਰਕੇ ਹੀ ਵਾਪਸ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।